ਬੜੀਆਂ ਪਿਆਰੀਆਂ ਗੱਲਾਂ ਸ਼ਾਹ ਖਾਨ ਵੱਖੋਂ ਕੀ ਦੱਸੀਆਂ। ਸੱਚੇ ਦਿਲ ਨੂੰ ਜੋ ਬਲੀਆਂ ਦਾ ਆਦਬ ਕਰਦਾ, ਨੂਰੋ ਨੂਰੋ ਉਸਦਾ ਦਿਲ ਜਾਂਦਾ। ਸਾਏ ਮੋਰੋ ਦਾ ਪਤਾ ਨੀ ਬਲੀ ਕੋਲੋਂ, ਮੈਂ ਜੋ ਮੰਗਣਾ ਮੈਨੂੰ ਉਹ ਮਿਲ ਜਾਂਦਾ। ਉਹਨਾਂ ਮਰਦਾਂ ਦਾ ਫੜ ਲੈ ਤੂੰ ਦਾ ਮੁੜ, ਜਿਹੜੇ ਰੁੱਖ ਦਰਿਆਵਾਂ ਦਾ ਮੋੜ ਦਿੰਦੇ। ਤੇ ਸਰਕਾਰ ਫਰਮਾਣੇ ਦਾ ਨੇ ਮਰਦਿਓ ਜੋ ਮਰਦਾਂ ਵਾਲੇ ਕੰਮ ਕਰਕੇ, ਮਰਦਿਓ ਜੋ ਮਰਦਾਂ ਵਾਲੇ ਕੰਮ ਕਰਕੇ
ਕਦਮ ਦੇ ਫੁੱਟ ਫਵਾਰੇ ਜਾਣਗੇ ਮਰਦ ਕਦਮ ਜੇ ਰੱਖਣ ਪੁੱਤ ਖਾਣਿਆਂ ਵਿੱਚ ਲਾ ਲਾ ਦੇ ਜ਼ਿਕਰ ਪੁਕਾਰੇ ਜਾਣਗੇ ਮਰਦ ਤਖਤੇ ਬਲਕੀਸ ਲਿਆਣ ਖਾਤਰ ਆਸ ਬਰਫੀਆ ਵਾਂਗ ਵੰਗਾਰੇ ਜਾਣਗੇ ਇਹ ਸੋਚੀ ਬੜਾ ਪਿਆਰਾ ਸ਼ੇਰ ਇਹ ਪੀਰ ਸ਼ਾਹ ਪੀਰ ਸ਼ਮਦ ਸ਼ਾਹ ਸਾਹਿਬ ਸਰਕਾਰ ਨਾਲ ਪਸੰਦੀਦਾ ਸ਼ੇਰ ਹੈ ਕਿਉਂਕਿ ਅਸਾਂ ਦੁਨੀਆਦਾਰ ਆ ਇਹ ਗੱਲ ਫਕੀਰ ਆਖ ਸਕਣਾ ਅਸਾਂ ਨਾ ਆਣਿਆ ਅਸਾਂ ਦੁਨੀਆਦਾਰ ਆ ਫਕੀਰ ਕਿਹੜੀ ਗੱਲ ਆਣਾ ਫਕੀਰ ਆਣਾ ਅਲਫ ਯਾ ਸਾਹਮਣੇ ਮੈਂ ਕਰਾਂ ਸਜਦਾ Thank you.
ਸਿਦਰਤ ਪੀਰ ਸਰਵਰ ਸ਼ਾਹ ਬਿਲਾਨੀ ਅਲਾਰਮਾ ਸਰਕਾਰ ਨਾਲ ਸ਼ੇਰ ਪੀਰ ਸਾਹਿਬ ਨੇ ਪੇਸ਼ ਕੀਤਾ। ਆ ਜਾ ਰੂਬਰੂ ਜੇ ਤੈਨੂੰ ਕਰਾਂ ਸਜਦਾ, ਐਵੇਂ ਲੱਖ ਲਫਾਂ ਦੀ ਲੋੜ ਕੀ। ਉਹ ਸਰਕਾਰ ਨਾਲ ਸ਼ੇਰ ਪੇਸ਼ ਕੀਤਾ ਤੇ ਮੇਰੀ ਗੱਲ ਪੀਰਾਂ ਯਾਦ ਆ ਗਈ ਕਿ ਪੀਰਾਂ ਗੱਲ ਅਖੀਰ ਖਾਨ ਜੀ ਮੈਂ ਹੀ ਪਾੜੀਆ। ਹੁਣ ਥੋੜ੍ਹੀ ਦੇਰ ਵਾਸਤੇ ਮੈਂ ਚੈੱਕ ਕਰਾਂਗੇ ਸਰਕਾਰ ਅਰਸਾ ਹੀ ਜਾ ਹਲੇ ਮੈਂ ਪਠਵਾਲ ਦੇ ਪਾਸੇ ਰਹਿਣਾ, ਇਹਨਾਂ ਵਿੱਚ ਪਹਾੜੀਆਂ ਨਾਲ ਕਿਤਨਾ ਕੀ ਜਸਰ ਬਾਕੀ ਰਹਿਣਾ। ਖਬਰ ਦੋਸਤੋ, ਸਾਈ ਅਹਿਮਦ ਅਲੀ ਲਾਨੀ ਅਲਾਰਮਾ ਸਰਕਾਰ ਦੇ ਚੰਦ ਸ਼ੇਰ ਜਿਹੜੇ ਭਜਤਰਾ ਸਾਹਿਬ ਦੀ ਫਰਮਾਇਸ਼ ਹੈ ਤਾਂ ਸਾਈ ਸਾਹਿਬ ਇਸ ਹੈ। ਹੁਣ ਜਰਾ ਮੈਂ ਚੈੱਕ ਕਰਾਂ ਪੀਰ ਕਿਤਨੇ ਕੀ ਪਹਾੜੀ ਰਹੀ ਹੈ ਸਰਕਾਰ ਹੈ। ਹਾਂ ਹੋਏ ਗਜ਼ਬ ਨਾਲ ਖੋਲ ਲਵ ਛਿੜਕਦੇ ਨੇ, ਗਜ਼ਬ ਨਾਲ ਖੋਲ ਲਵ ਛਿੜਕਦੇ ਨੇ, ਉਹ ਬੇਸ਼ੱਕ ਜੰਨਤ ਦੀ ਨਜ਼ਰ ਤਾਂ ਘਾਰ ਲੈ ਲੈ।
ਕੋਈ ਦਾਂਦ ਪਾਲਾ ਕਰੀ ਕਿਸੇ ਨਾ ਅੱਲਾ ਪਰ ਆਲੀ ਚੜੀ ਨਹੀਂ ਖੜੀ ਨਹੀਂ ਆਉਣ ਸਾ ਪੂਰਾ ਬਦਨ ਬੈਠਾ ਉਹ ਡੰਗਰਾਂ ਕੀ ਦੱਸਿਆ ਕਰਨਾ ਸਾ ਕਿ ਪਾੜਾ ਨਾ ਕਰ ਸੋ ਇਧਰ ਨਾਲ ਮਲਾਈ ਤੁਰ ਸੋ ਸ਼ਾਹ ਜੀ ਇਹ ਸਾਈ ਸਦੀਕ ਹੋਰਾਂ ਕਹਿ ਕਰੀ ਦੋ ਦਫ਼ਾ ਨਹੀਂ ਲਿਖੀ ਤੁਸੀਂ ਹੁਣ ਮੈਂ ਪਹਾੜੀ ਹਾਂ ਮੈਂ ਵੀ ਪਹਾੜੀ ਹਾਂ ਤੇ ਪਾੜੇ ਨਾ ਕਰ ਸੋ ਇਹਨਾਂ ਪਹਾੜਿਆਂ ਨਾਲ ਖਿਆਲ ਕਰ ਸੋ ਸੱਟ ਹੋ ਗਿਆ ਕਿ ਪੈਸੀ ਲਗੂਮ ਬੁਰੀ ਮੇਰੇ ਦੋਸਤੋ ਇਹ ਸ਼ਾਹਰਾਂ ਨੇ ਕਿਹਾ ਅਸਾਂ ਕਈ ਦਫ਼ਾ ਫਲਿਆਂ ਨਾਲ ਕਾ ਕਾਇਆ ਨਾ ਗ੍ਰਾਂ ਲਿਆ ਤਾਂ ਗਿਆ ਤੇ ਕਈ ਦਫ਼ਾ ਫਲੇ ਗੁਰੂ ਨੰਗੀਏ ਮੁਮਨ ਜਿਸ ਦਾ ਸਭ ਬਜਵਾਲ ਮਾਰ ਰਹੇ ਸੀ ਪੁੱਠੀ ਕਲਬਾਜੀ ਮਾਰ ਰਹੇ ਸੀ ਤਾਂ ਉਪਰੋਂ ਫਲੇ ਤੇ ਨੰਗੀ ਡੱਡ ਰਹੇ ਸੀ ਅੱਜ ਬਚਪਨਾ ਯਾਦ ਆ ਗਿਆ ਅੱਲਾ ਕਸਮ ਸੀ ਬੜਾ ਪਿਆਰਾ ਬਚਪਨ ਤੋ ਆਖਦੇ ਰੋਜ਼ ਪਰੋ ਤੇ ਸੋਲਨਾ ਨੂੰ ਰੋਜ਼ ਪਰੋ ਤੇ ਸੋਲਨਾ ਨੂੰ ਉਹੀ ਕੋਵਾਰ ਜਲਾ ਦੇ ਆਜ਼ਾਬ ਬਦਲੇ ਬਚਪਨ ਯਾਦ ਆਈ ਗਿਆ ਸ਼ਾਹ ਵੀ ਪਹਾੜੀ ਹੈ ਤੇ ਮੈਂ ਵੀ ਪਹਾੜੀ ਹਾਂ ਤਾਂ ਪਹਾੜੇ ਨਾ ਕਰਸੋ ਖਾਨ ਜੀ ਪਹਾੜੇ ਨਹੀਂ ਆਉਣਗੇ ਕਿਉਂਕਿ ਲਪਾੜੇ ਵੀ ਜਿਹੜਾ ਹੁਣ ਜੁਲਸਾਣਾ ਤਾਂ ਹੁਣ ਤੁਸੀਂ ਦੱਸਾਂ ਮੈਂ ਪਹਾੜੀ ਬੰਦਾ ਪਹਾੜੀ ਕਿਸ ਤਰ੍ਹਾਂ ਕ੍ਰਾਸ ਕਰਨਾ ਤੁਸੀਂ ਕਰਦੇ ਹੋ ਜਾਂ ਮੈਂ ਕਰਨਾ ਆ ਭਾਈ ਮਹਬੂਬ ਤੂੰ ਜਿਤਨਾ ਮਰਜ਼ੀ ਅਜ਼ਾਬ ਦੇ ਕਤਲ ਕਰ ਦੇ ਮੇਰਾ ਖੂਨ ਪੀ ਲੈ ਮੇਰਾ ਕੋਈ ਉਜ਼ਰ ਨਹੀਂ ਸਾਈਂ ਸਾਹਿਬ ਸਰਕਾਰ ਨੇ ਇੱਕ ਬੜਾ ਪਿਆਰਾ ਸ਼ੇਰ ਮੈਨੂੰ ਯਾਦ ਆਇਆ ਸਰਕਾਰਾਂ ਨੇ ਨਿਗਾਹ ਦੇ ਨਾਲ ਜੋ ਪੁੱਠਾਈ ਮੈਨੂੰ ਨਿਗਾਹ ਦੇ ਨਾਲ ਜੋ ਪੁੱਠਾਈ ਮੈਨੂੰ ਉਸਨੂੰ ਕਤਲ ਸਮਝਾਇਆ ਸਦਾ ਸਮਝਾ Thank you.
बेचारे ने तो लोग उसकी जनाब ताने मीने देने से वो तंग आ गया बेचारा कुरा चढ़िया ना पहाड़ी ने उपरों उस आख्या हूं मैं खुदकशी कर सा पहाड़ी ने उपर चढ़िया तो थला तकड़ा था एक बंदा जिसने दोए बांह खोली तो दें समी पिया मारना बांह समी दोए खोली तो डांस पिया करे खरी तो सोचे इसके माड़ी ही कनी तो मैं चाहना खुदकशी कर सा इसलिए दोए खोली तो जन्म लुटिया पिया खाना इसने गुरु पूछा तो ध्यान नाराज क्या गुण गया चला तो गच्छी दस गया हम प्रभु माड़ी ही बांह कोई नहीं मैं खुदकशी कर ला तू ही कैरी खुशी है तुम्हारिया दो कोड़ी तो लुटिया पिया फाना है हो सके मजबूरी नल पिया फाना है मुझे फारश लगी गई बांह होना आर तक नहीं गिना आर नाल पिया था उनमें लुटिया पाई देख ना पीरो तुम फिक्र ना करो तुम्हें याद ही नहीं रहता आगे मैं पहाड़िया के पटवारिया अशिया जो ही टोटे जैसा बैठे आए जने गवाए जो ही बैठिया तो आखने खान जी मारे तो मोरे लखे मैं क्या फिक्र ना करो आज मैं लाइट पे जा मोरे दुखा भी क्योंकि मैं भी थोड़ी जी कुमत सीखी तो तारे कादम साहब सरकार में खेड़ा सरकार आने हम ही गर्दन जल्लाद मेरी हम ही गर्दन जल्लाद मेरी ओ भले गर्दन नूते पापोश घर घबराओ ना ठीक तुसा ने भी ना छोड़ना आम साले पास मिसाल ही ना बोल बोल जट तो मजी पाई सात भजी भी मुंगली भी कई भाने भड़नी माड़िया दो बहुत साफ हूं सो घबराओ ना मोरे लथे हुए तो भी तुसा नाल पहाड़ी चरसा मैं जितू छाल मारसो इंशाला मारसा दुखिया साहब सरकार मटौर आले फरमाने दाने लिखदा ओए जान लै लै मेरी जान आदर मरी वाले आ जान लै लै मेरी जान आदर कर दन कट या खंदा सता हरियाणा ये
ਦੇ ਵਿੱਚ ਤੜਪੇ ਜਿਵੇਂ ਮੱਛਲੀ ਕੋਈ ਜਾਲ ਵਿੱਚ ਆਈ ਹੋਈ ਹੈ। ਮਾਸਟਰ ਨਿਸ਼ਾਨ ਸਾਹਿਬ ਸਰਕਾਰ ਨੇ ਇੱਕ ਸ਼ੇਰ ਸਰਕਾਰ ਫਰਮਾਉਣੇ ਤਾਂ ਆਣੇ ਉਮਰ ਵੱਲ ਭਟਕਦਾ ਰਿਹਾ ਜਿਸ ਵਿੱਚ ਮਾੜੇ ਦੋਸਤ ਸਮਲੋਟੇ ਤੋਂ ਆਏ ਉਹਨਾਂ ਦੀ ਯਾਦ ਪੂਰੀ ਕਰਦਾ ਇੱਕ ਸ਼ੇਰ ਪਰਦੇਸੀਆਂ ਨੇ ਜ਼ਿਮਨ ਵਿੱਚ ਸਾਡੇ ਦੋਸਤ ਚੌਧਰੀ ਸਰਾਜ ਸਾਹਿਬ ਇਹਨਾਂ ਨੇ ਵੀ ਪਸੰਦ ਚੌਧਰੀ ਜਾਵੇਦ ਪਰਦੇਸੀ ਯੂਕੇ ਅਤੇ ਮੁਹੰਮਦ ਨਸਾਰ ਪਰਦੇਸੀ ਯੂਕੇ ਅਤੇ ਸਾਡੇ ਦੋਸਤ ਮੈਂਬਰ ਕੁਰਬਾਨ ਹੁਸੈਨ ਇਹਨਾਂ ਦੀ ਵੀ ਨਜ਼ਰ ਸ਼ੇਰ ਇਸ ਤਰ੍ਹਾਂ ਹੈ ਪਰਦੇਸੀ ਯਾਦ ਕਰਦੇ ਹੋਇਆ ਪਰਦੇਸੀ ਜਿਹੜਾ ਪਰਦੇਸ ਵੀ ਰਵਾਨ ਹੋਣਾ ਉਹਨਾਂ ਨੇ ਖੇਸ਼ੋ ਕਾਰਕ ਉਹਨਾਂ ਨੇ ਦੋਸਤ ਕਿਹੜੀ ਗੱਲ ਆਣੇ ਆਹ
فرمائشی شعر ہے خصوصی فرمائش ہے چودھری جاوید صاحب یو کے چودھری فرید صاحب چودھری لطیف صاحب یو کے چودھری بابر صاحب یو کے چودھری آصف صاحب یو کے چودھری واجد صاحب یو کے چودھری سلیمان صاحب چودھری عثمان صاحب چودھری نثار صاحب چودھری واجد صاحب چودھری صادق صاحب چودھری طارق صاحب انہاں دوستاں نال یو کے نال تعلق یہ کوئی پردیسی گروپ ہے بابر صاحب یو کے واجد صاحب سلام امین صاحب حارث صاحب نوید صاحب الطاف صاحب انہاں سارے دوستاں نے فرمائش تے سان چشتی صاحب سرکار نے لکھا شعر تے سرکار اس دہانے ہر آئے کدوں آوے گا جانے باہر میرا کدوں آوے گا جانے باہر میرا بل بل مانگ رہی دانی سدار میں یار دیدار ضرور مینو یہ جڑی میں فرمائش پڑھنا وا سارے دوست چودھری صاحب اقبال صاحب سملوٹے تو بڑے عرصے بعد انہاں ملاقات ہوئی وہ جس طرح کسی نے شیر صاحب ہے آج ہی جرام کی گل کرسا کیوں جی سامنے یار پرانے بیٹھے انہاں نشاد پرویز اقبال ڈنگل علی قدر سنڈل محمد شبیر ڈنگل اس شیر نشاد افتخار اقبال برمنگام افتخار ہی لکھا نا انتخاب افتخار کس نے یاد بھی محمد بوستان مرحوم مقبول ڈنگلا نے یاد بھی اور آجی پنو جنہوں نے تعلق تھارے نال سا اللہ پاک انہوں نے کی قبر قبر کی منور فرما تے محمد فیصل مسکین ڈگار انہوں سارے کی یاد کر دیا ہویا ایک آواز کی تھی آخیا جی سجن دنیا تو چلے جان وچھوڑا پی جائے کیا ہونا جتھے سنگیاں نال رل کے انہاں گلیاں انہاں رستیاں انہاں بازاراں وچ آنے جانے سا اج او ویران نظر آنے بھائی کس طرح آواز کی تھی
इंतजामिया कमेटी की तरफों फरमाइश है, खसूसी फरमाइश है चौधरी सरफराज साहब की, चौधरी समीर साहब दोस्तों को बहुत जिद्दी ग्रुप आ गुजरी पहली तारीख मुड़ाई पहली और तेरी पहली ना पाई पर शकीब माजद परदेसी इन्हें दोस्तों ना पसंदीदा शेर चौधरी जायद साहब शेर इस तरह परदेसियों ने जिमण में शेर इस तरह परदेसी केड़ी गल आने परदेसी जड़े वो ये गल आने कि जिले असली देश नहीं याद आनी तो केड़ी गल आनी आवाज की थी ये असा देसा तू दूर पर देसिया नू अपना देस सहारा बड़ा याद आंदा सब संगी नारे गुजरिया जमाना बड़ा याद आता फिर आवाज की
یار تھا جسے وہ مار چکا تھا امجد مغل نبید مغل عمر مغل چودھری نصیر جمیل بٹ جی اس شہر چات انتظامیہ کمیٹی رپاڑی والے جی چودھری امیر عالم چودھری یاسین چودھری صابر رپاڑی جی چودھری شرافت چودھری اخلاق رفیق چودھری بنارس تھارا چودھری یعقوب تے چودھری اسرار رپاڑی جی انہاں نال پسندیدہ شعر تے عبدل منان اے سارے دوست کلر سید ابو آئے انہاں نویں چات شامل کر رہے ہیں تے شعر اے سارے دوست چودھری اسرار صاحب نے لکھیا وا کس نے یاد وچ محترما بی بی شہید کی یاد وچ سارے چودھری اجمل صاحب آپ چھترا شعر اس طرح ہے میں کوشش کرتا ہوں صاحب زاہد رحمان آسد حسین محمد یاسین بنارس حسین عبد الرحمان سنگل گروپ لکھیا نے گاپن پیر شمس شاہ صاحب رٹا تے چودھری امیر صاحب رٹا تیرے بعد ملک ویران رہ سی اور سارے دوست جاوید یو کے صاحب تے سارے محسن قابل قدر پیر مشتاق صاحب آکھیا بس تیرے بعد ملک ویران رہ سی تے پھر